ਸਿਹਤ ਸਿਹਤ ਠੀਕ ਹੈ, ਬਾਲ ਬੱਚਾ ਵੀ ਠੀਕ ਹੈ। ਇਹ ਸਾਰਿਆਂ ਭਰਾਵਾਂ ਨੂੰ, ਸਾਰਿਆਂ ਪਾਕਿਸਤਾਨੀਆਂ ਨੂੰ, ਸਾਰੇ ਕੁੱਲ ਦੁਨੀਆ ਦੇ ਮੁਸਲਮਾਨਾਂ ਨੂੰ ਮੇਰਾ ਸਲਾਮ। ਮੇਰੇ ਪਿਆਰੇ ਭਰਾਓ, ਖਾਸ ਕਰਕੇ ਪਾਕਿਸਤਾਨੀਓ, ਇਹ ਸਾਡੀ ਮਜ਼ਦੂਰੀ ਹੈ। ਪਾਕਿਸਤਾਨ ਜਾਓ ਨਾ, ਅੱਜ ਸਾਹਿਬ ਚਿੱਟਾ ਸੂਟ ਲਾ ਕੇ ਫਿਰਦੇ ਨੇ, ਥੱਲੇ ਚੰਗੀ ਜੁੱਤੀ ਹੁੰਦੀ ਹੈ ਜਨਾਬ, ਇਹ ਐਡੀ ਲੰਮੀ ਨੌਕਾ ਦੀ। ਪਤਾ ਲੱਗਦਾ ਜੀ ਹਾਜੀ ਸਾਹਿਬ ਤਾਂ ਸਾਊਦੀਆ 'ਚ ਬੜਾ ਕੋਈ ਬਿਜ਼ਨਸ ਕਰਦੇ, ਇਹ ਨਹੀਂ ਪਤਾ ਇੱਥੇ 1.5x1.5 ਦੇ ਗਟਰ ਪਲਸਤਰ ਕਰਦੇ। ਇਹ 1.5x1.5 ਦਾ ਗਟਰ ਹੈ, ਜਿਹਦੀਆਂ ਚਾਰ ਕੰਨਾਂ ਵੀ ਮੈਂ ਪਲਸਤਰ ਕਰਨੀਆਂ ਤੇ ਥੱਲੇ ਫਰਸ਼ ਵੀ ਬਣਾ। ਇਹਦੇ ਵਿੱਚ ਬਹਿਵਾਂ ਤਾਂ ਪਿੱਛੇ ਟੂ ਭਜਣਾ, ਅੱਗੋਂ ਗੋਡੇ ਭਜਣੇ, ਤੇ ਕਰਾਂ ਕੀ ਇੱਥੇ। ਉੱਥੇ ਜਾਓ ਨਾ ਤੇ ਉੱਥੇ ਜਨਾਬ ਸਾਡੇ ਰਿਸ਼ਤੇਦਾਰ ਵੀ ਬੜੀਆਂ ਜੱਫੀਆਂ ਪਾ ਪਾ ਮਿਲਦੇ ਨੇ। ਹਾਜੀ ਸਾਹਿਬ ਤੇ 10 ਹਜ ਤਾਂ 20 ਉਮਰੇ ਕਰ ਕਾਇਨ ਜਨਾਬ, ਪੱਪੀਆਂ ਲੈ ਕੇ ਨਹੀਂ ਥੱਕਣੇ। ਤਾਂ ਮਿਹਰਬਾਨੀ ਕਰੋ ਮੇਰੇ ਭਰਾਵੋ, ਇਹ ਵੇਖ ਲਓ ਤੁਹਾਡੇ ਸਾਹਮਣੇ ਖਲੋਤੇ ਆ। ਇਹ ਸਾਊਦੀ ਅਰਬ ਦਾ ਇੱਕ ਸ਼ਹਿਰ ਹੈ ਜਬੇਰ, ਜਿੱਥੇ ਮੈਂ ਕੰਮ ਕਰ ਰਿਹਾ, ਤੇ ਗਰਮੀ ਕੋਈ ਨਹੀਂ, ਬਿਲਕੁਲ ਏਸੀ ਲੱਗਿਆ, ਵੇਖ ਲਓ ਏਸੀ ਲੱਗਿਆ ਜਨਾਬ। ਬਰਫ਼ ਇੱਦਾਂ ਤਾਂ ਬਰਫ਼ ਪੈਂਦੀ ਹੈ ਭਾਈ, ਬਹੁਤ ਬਰਫ਼ ਜਨਾਬ, ਜ਼ਬਰਦਸਤ ਨਿਜ਼ਾਮ ਹੋਇਆ ਪਿਆ, ਸ਼ੁਕਰ ਅਲਹਮਦੁਲਿਲਾ ਕਿ 1.5x1.5 ਦਾ ਜੇ ਗਟਰ ਕਰੇ, ਫੁੱਟ ਬਾਈ ਫੁੱਟ ਦਾ ਨਹੀਂ ਸੀ ਨਾ ਬਣਵਾਉਣਾ ਮੇਰੇ ਕੋਲੋਂ। ਤੇ ਮੇਰੇ ਭਰਾਵੋ ਇੱਕੋ ਹੀ ਦਰਖਾਸਤ ਹੈ ਮੇਰੀ ਤੋਂ ਸਾਡੇ ਨਾਲ, ਖਾਸ ਕਰਕੇ ਪਾਕਿਸਤਾਨੀ ਭਰਾਵਾਂ ਨਾਲ, ਕੋਈ ਕਿਸੇ ਗਲਤ ਫਹਿਮੀ ਨਾ ਰਹੋ ਜੀ, ਅਸੀਂ ਸਾਊਦੀਆ ਜਾਵਾਂਗੇ, ਅਸੀਂ ਕੰਮ ਕਰਾਂਗੇ, ਉੱਥੇ ਬੜੇ ਰਿਆਲ ਕਮਾ ਲਿਆ ਮੇਰੇ ਭਰਾਵੋ। ਅੱਜ ਕੱਲ੍ਹ ਜਿਹੜਾ ਸਾਊਦੀਆ ਦੇ ਵਿੱਚ ਨਵਾਂ ਕਾਨੂੰਨ ਬਣਿਆ, 6,000 ਰਿਆਲ ਦਾ ਕਾਮਾ ਹੋ ਗਿਆ, 500 ਰਿਆਲ ਮਹੀਨੇ ਦੀ ਇਹਨਾਂ ਨੂੰ ਅਸੀਂ ਮੰਥਲੀ ਦੇਣੀ ਹੈ, ਤੇ 6 ਤੇ 6 12,000 ਰਿਆਲ ਸਾਲ ਦਾ ਅਸੀਂ ਇਹਨਾਂ ਨੂੰ ਦੇਣਾ। ਇਹ ਕਾਮਾ ਲੱਗਿਆ ਤਾਂ ਅਗਲੇ ਕਾਮੇ 'ਚ ਪੈਸੇ ਜਮ੍ਹਾਂ ਕਰਨੇ, 12,000 ਰਿਆਲ ਫਿਰ ਜਮ੍ਹਾਂ ਕਰਨਾ, ਰੋਟੀ ਵੀ ਖਾਣੀ ਹੈ, ਮਕਾਨ ਦਾ ਕਿਰਾਇਆ ਵੀ ਦੇਣਾ, ਤੇ ਫਿਰ ਇਹ 1.5x1.5 ਦੇ ਫੁੱਟ 'ਚ ਗਟਰਾਂ ਵਿੱਚ ਕੰਮ ਵੀ ਕਰਨਾ। ਤੇ ਮੇਰੇ ਭਰਾਵਾਂ ਤੋਂ ਸਾਡੇ ਅੱਗੇ ਦਰਖਾਸਤ ਹੈ ਮੇਰੀ, ਇਹ ਹੈ ਵੇਖ ਲਓ, ਇਹ ਗਟਰ ਹੈ ਜਿਹਦੇ ਵਿੱਚ ਇਹ ਨਾ ਬਹਿਣ ਹੁੰਦਾ ਤੇ ਨਾ ਫਿਰਨ ਹੁੰਦਾ ਸੌਖਾ। ਤੇ ਫਿਰ ਕਹਿੰਦੇ ਜੀ ਸਾਡਾ ਤਾਂ ਭਰਾ ਸਾਊਦੀਆ ਵਿੱਚ ਹੈ ਨਾ ਜੀ, 4 ਉਮਰੇ ਕੀਤੇ, 6 ਹਜ ਕੀਤੇ, ਬੜੇ ਸੈਟ ਨਾ ਜੀ ਸਾਹਿਬ, ਚਿੱਟਾ ਸੂਟ ਲਾ ਕੇ ਫਿਰ, ਇਹ ਲੱਖ ਦੀ ਲਾਹਨਤ ਹੈ ਸਾਡੇ ਹੁਕਮਰਾਨਾਂ ਦਾ, ਇਹ ਜਿੰਨਾ ਸਾਨੂੰ ਇੱਥੇ ਜ਼ਲੀਲ ਕੀਤਾ। ਤੇ ਸਾਰਿਆਂ ਕੋਲੋਂ ਮੈਂ ਸਲਾਮ ਕਰਦਾ ਸਾਰਿਆਂ ਨੂੰ, ਸਲਾਮ ਵਾਲੇ।